ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਟਮਾਟਰ ਦੇ ਪਕੌੜੇ ਬਣਾਵਾਂਗੇ ਜੀ। ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਇਹ ਨਵੀਂ ਜੀ ਰੈਸਪੀ ਘਰੇ ਬਣ ਜੂਗੀ, ਤੁਸੀਂ ਜ਼ਰੂਰ ਟਰਾਈ ਕਰਿਓ ਜੀ। ਵੀਡੀਓ ਨੂੰ ਪੂਰਾ ਦੇਖਿਓ, ਵੀਡੀਓ ਦੇ ਨਾਲ ਬਣੇ ਰਹੋ ਜੀ ਇਸ ਰੈਸਪੀ ਨੂੰ ਸਿੱਖਣ ਵਾਸਤੇ। ਜੇਕਰ ਸਾਡੇ ਚੈਨਲ 'ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ, ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੀ, ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ। ਚਲੋ ਫਿਰ ਆਪਾਂ ਰੈਸਪੀ ਬਣਾਉਣੀ ਸਟਾਰਟ ਕਰਦੇ ਹਾਂ। ਚੁੱਲ੍ਹੇ 'ਤੇ ਆਪਾਂ ਰੱਖ ਲੈਂਦੇ ਜੀ ਤਵਾ, ਅਤੇ ਸਟਫਿੰਗ ਬਣਾਉਣੀ ਸਟਾਰਟ ਕਰਦੇ ਹਾਂ। ਤਵੇ 'ਤੇ ਪਾਵਾਂਗੇ ਜੀ ਆਪਾਂ ਘਿਓ ਦੇ 2 ਚਮਚ ਭਰ ਕੇ। ਜਦੋਂ ਘਿਓ ਗਰਮ ਹੋ ਗਿਆ ਜੀ, ਘਿਓ ਦੇ ਵਿੱਚ ਆਪਾਂ ਪਾ ਦੇਵਾਂਗੇ ਸਾਬਤ ਸੁੱਕਾ ਧਨੀਆ, ਅਤੇ ਇਹਨੂੰ ਹਲਕਾ ਜਿਹਾ ਭੁੰਨ ਲਾਂਗੇ ਆਪਾਂ। ਅਤੇ ਜਿਹੜੀ ਫਲੇਮ ਹੈ ਨਾ, ਅੱਗ ਬਿਲਕੁਲ ਮੀਡੀਅਮ ਜੀ ਰੱਖਾਂਗੇ ਆਪਾਂ। ਅਤੇ ਹੁਣ ਜੀ ਹਲਕੀ ਜਿਹੀ ਨਾ ਖੁਸ਼ਬੂ ਵਧੀਆ ਆਉਣ ਲੱਗ ਗਈ ਧਨੀਏ ਦੀ, ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਮਸਾਲੇ। ਇਹਨਾਂ ਮਸਾਲਿਆਂ ਦੇ ਵਿੱਚ ਮੈਂ ਲਿੱਤੀ ਹੈ ਜੀ ਕਸ਼ਮੀਰੀ ਲਾਲ ਮਿਰਚ 1/2 ਚਮਚ, ਹਲਦੀ ਲਿੱਤੀ ਆ, ਚਾਟ ਮਸਾਲਾ 1/2 ਚਮਚ ਤੋਂ ਘੱਟ, 1/2 ਚਮਚ ਨਮਕ ਦਾ, ਸਵਾਦ ਅਨੁਸਾਰ ਨਮਕ ਤੁਸੀਂ ਲੈ ਸਕਦੇ ਹੋ ਜਿੰਨੀ ਸਟਫਿੰਗ ਬਣਾ ਰਹੇ ਹੋ, ਅਤੇ 1/2 ਚਮਚ ਤੋਂ ਥੋੜ੍ਹਾ ਜਿਹਾ ਵੱਧ ਹੈਗਾ ਜੀ ਗਰਮ ਮਸਾਲਾ। ਬਸ ਇਹੀ ਮਸਾਲੇ ਆਪਾਂ ਪਾਵਾਂਗੇ, ਅਤੇ ਮਸਾਲਿਆਂ ਨੂੰ ਵੀ ਆਪਾਂ ਰੋਸਟ ਕਰਾਂਗੇ, ਡਰਾਈ ਰੋਸਟ ਜਿਹੜੇ ਮਸਾਲੇ ਇਸ ਤਰੀਕੇ ਨਾਲ ਕਰਦੇ ਨਾ ਘਿਓ 'ਚ, ਜਿਹੜੀ ਸਟਫਿੰਗ ਉਹ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ। ਅਤੇ ਆਲੂ ਜੀ ਮੈਂ ਉਬਾਲ ਕੇ ਪਹਿਲੇ ਹੀ ਜਿਹੜੇ ਠੰਡੇ ਕਰਕੇ ਰੱਖ ਲਏ, ਚੰਗੇ ਤਰੀਕੇ ਨਾਲ ਆਲੂ ਆਪਾਂ ਉਬਾਲ ਲਏ, ਅਤੇ ਹਲਕਾ ਜਿਹਾ ਆਪਾਂ ਇਹਨਾਂ ਨੂੰ ਮੈਸ਼ ਕਰ ਲਾਂਗੇ ਇਸ ਤਰੀਕੇ ਨਾਲ। ਅਤੇ ਮਸਾਲੇ ਜੀ ਚੰਗੇ ਤਰੀਕੇ ਨਾਲ ਰੋਸਟ ਹੋ ਗਏ, ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ, ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਉਬਲੇ ਹੋਏ ਆਲੂ ਜਿਹੜੇ ਆਪਾਂ ਮੈਸ਼ ਕਰਕੇ ਰੱਖ ਲਏ ਸੀ। ਸਟਫਿੰਗ ਦੇ ਵਿੱਚ ਤੁਸੀਂ ਮਟਰ ਵੀ ਪਾ ਸਕਦੇ ਹੋ ਹਰੇ, ਅਤੇ ਇਹਦੇ ਵਿੱਚ ਤੁਸੀਂ ਸੁੱਕਾ ਧਨੀਆ ਤਾਂ ਆਪਾਂ ਪਾਏ, ਉਹਦੇ ਨਾਲ ਤਾਂ ਫਲੇਵਰ ਅਲੱਗ ਆਊਗਾ, ਅਤੇ ਹਰਾ ਧਨੀਆ ਵੀ ਤੁਸੀਂ ਪਾ ਸਕਦੇ ਹੋ, ਜਾਂ ਕੋਈ ਹੋਰ ਸਬਜ਼ੀ ਜੇ ਤੁਸੀਂ ਐਡ ਕਰਨੀ ਉਹ ਵੀ ਪਾ ਸਕਦੇ ਹੋ। ਪਰ ਆਲੂ ਹੈ ਜਿਹੜੇ ਹਰ ਵਕਤ ਆਪਣੇ ਘਰ ਦੇ ਵਿੱਚ ਹੁੰਦੇ ਆ, ਇਸ ਕਰਕੇ ਜਿਹੜਾ ਆਲੂਆਂ ਦੀ ਸਟਫਿੰਗ ਆਪਾਂ ਝਟਪਟ ਬਣਾ ਲੈਂਦੇ ਹਾਂ, ਅਤੇ ਸਾਰੇ ਮਸਾਲਿਆਂ ਦੇ ਨਾਲ ਜਿਹੜਾ ਆਲੂਆਂ ਨੂੰ ਮਿਕਸ ਕਰ ਦਿਆਂਗੇ ਜੀ ਆਪਾਂ। ਅਤੇ ਸਟਫਿੰਗ ਆਪਣੀ ਹੋ ਗਈ ਹੈ ਜੀ ਤਿਆਰ, ਬਸ 1/2 ਮਿੰਟ ਆਪਾਂ ਇਹਨੂੰ ਮਸਾਲਿਆਂ ਦੇ ਨਾਲ ਪਕਾਇਆ, ਕਿਉਂਕਿ ਆਲੂ ਹੈ ਜਿਹੜੇ ਉਹ ਪਹਿਲਾਂ ਹੀ ਪੱਕੇ ਹੋਏ ਸੀ, ਅਤੇ ਸਟਫਿੰਗ ਨੂੰ ਜਿਹੜਾ ਆਪਾਂ ਨੀਚੇ ਉਤਾਰ ਲਾਂਗੇ, ਅਤੇ ਇਹਨੂੰ ਠੰਡਾ ਹੋਣ ਵਾਸਤੇ ਇੱਕ ਸਾਈਡ 'ਤੇ ਰੱਖਾਂਗੇ। ਅਤੇ ਇੱਥੇ ਹੈਗੇ ਜੀ ਆਪਣੇ ਕੋਲ ਟਮਾਟਰ, ਅਤੇ ਟਮਾਟਰਾਂ ਨੇ ਜਿਹੜੇ ਤੁਸੀਂ ਸਖਤ ਲੈਣੇ ਹੈਗੇ ਸੱਜਰੇ ਟਮਾਟਰ ਹੋਣ, ਅਤੇ ਇਹਨਾਂ ਨੂੰ ਹੈ ਜਿਹੜਾ ਆਪਾਂ ਧੋ ਲਿਆ ਚੰਗੇ ਤਰੀਕੇ ਨਾਲ, ਹੁਣ ਆਪਾਂ ਇਹਦੀ ਕਟਿੰਗ ਇਸ ਤਰੀਕੇ ਨਾਲ ਕਰਨੀ ਹੈ, ਉੱਪਰੋਂ ਇੰਨਾ ਕੁ ਹਿੱਸਾ ਕੱਟਣਾ ਆਪਾਂ। ਇਹ ਹਿੱਸੇ ਨੂੰ ਵੀ ਆਪਾਂ ਵੇਸਟ ਨਹੀਂ ਕਰਨਾ, ਕਿਸੇ ਸਬਜ਼ੀ ਦੇ ਵਿੱਚ ਪਾ ਸਕਦੇ ਹੋ, ਗ੍ਰੇਵੀ ਬਣਾ ਸਕਦੇ ਹੋ, ਜਾਂ ਇਹਦੇ ਵੀ ਤੁਸੀਂ ਪਕੌੜੇ ਆ ਜਿਹੜੇ ਬਣਾ ਸਕਦੇ ਹੋ, ਪਰ ਆਪਾਂ ਭਰਵੇਂ ਪਕੌੜੇ ਬਣਾ ਰਹੇ ਹਾਂ ਇੱਥੇ ਟਮਾਟਰ ਦੇ। ਅਤੇ ਹੁਣ ਇਸ ਤਰੀਕੇ ਨਾਲ ਜਿਹੜੀ ਸਟਫਿੰਗ ਹੈ ਨਾ ਟਮਾਟਰ ਦੇ ਵਿੱਚੋਂ, ਬੀਜ ਹੋ ਗਏ, ਪਲਪ ਹੋ ਗਿਆ ਟਮਾਟਰ ਦਾ, ਉਹ ਆਪਾਂ ਇਸ ਤਰੀਕੇ ਨਾਲ ਕੱਢਣਾ, ਅਤੇ ਟਮਾਟਰ ਨੂੰ ਹੈ ਜਿਹੜਾ ਖਾਲੀ ਕਰ ਲੈਣਾ ਗਾ ਵਿੱਚੋਂ, ਸਾਰਾ ਜਿਹੜਾ ਜੂਸ ਹੈ ਟਮਾਟਰ ਦਾ ਉਹ ਵੀ ਆਪਾਂ ਕੱਢ ਦਿਆਂਗੇ, ਕਿਉਂਕਿ ਜੇ ਟਮਾਟਰ ਨਰਮ ਹੋਣਗੇ ਨਾ ਤਾਂ ਉਹ ਜਿਹੜੇ ਚੰਗੇ ਤਰੀਕੇ ਨਾਲ ਪਕੌੜੇ ਨਹੀਂ ਬਣਨੇ, ਅਤੇ ਉਹਦੇ ਵਿੱਚ ਸਟਫਿੰਗ ਵੀ ਹੈ ਜਿਹੜੀ ਸੈੱਟ ਨਹੀਂ ਹੋਣੀ। ਇਸ ਤਰੀਕੇ ਨਾਲ ਟਮਾਟਰ ਸਾਰੇ ਆਪਾਂ ਜਿਹੜੇ ਸੈੱਟ ਕਰ ਲੈਣੇ ਆ, ਤਿਆਰ ਕਰਕੇ ਰੱਖ ਲਾਂਗੇ। ਸਾਰੇ ਟਮਾਟਰ ਜੀ ਆਪਾਂ ਕਰ ਲਏ ਤਿਆਰ, ਦੇਖੋ ਇਸ ਤਰੀਕੇ ਨਾਲ ਜਿੰਨੇ ਤੁਸੀਂ ਪਕੌੜੇ ਬਣਾਉਣੇ ਆ, 1/2 ਕਿਲੋ ਟਮਾਟਰਾਂ ਦੇ, ਉਨੇ ਟਮਾਟਰਾਂ ਨੂੰ ਤੁਸੀਂ ਤਿਆਰ ਕਰ ਲੈਣਾ ਗਾ। ਅਤੇ ਇੱਥੇ ਲੈ ਲਏ ਜੀ ਆਪਾਂ ਇੱਕ ਖਾਲੀ ਬਰਤਨ, ਅਤੇ ਇਹਦੇ ਵਿੱਚ ਪਾਵਾਂਗੇ ਆਪਾਂ 1 ਕੌਲੀ ਭਰ ਕੇ ਜੀ ਬੇਸਣ ਦੀ। ਬੇਸਣ ਤੁਸੀਂ ਮੋਟਾ ਜਾਂ ਬਰੀਕ ਕੋਈ ਵੀ ਵਰਤ ਸਕਦੇ ਹੋ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੁਛ ਮਸਾਲੇ, ਇਹਨਾਂ ਮਸਾਲਿਆਂ ਦੇ ਵਿੱਚ ਹੈਗੇ ਜੀ ਮੇਰੇ ਕੋਲ ਕਸ਼ਮੀਰੀ ਲਾਲ ਮਿਰਚ, ਥੋੜ੍ਹੀ ਜਿਹੀ ਅਜਵਾਇਣ, ਅਤੇ 2 ਚੁਟਕੀਆਂ ਜਿਹੜੀਆਂ ਮੇਰੇ ਕੋਲ ਮਿੱਠੇ ਸੋਡੇ ਦੀਆਂ ਨੇ, ਇਹ ਪਾ ਦੇਵਾਂਗੇ ਆਪਾਂ। 1/2 ਚਮਚ ਤੋਂ ਘੱਟ ਥੋੜ੍ਹਾ ਜਿਹਾ ਆਪਾਂ ਬੇਸਣ ਦੇ ਹਿਸਾਬ ਨਾਲ, ਯਾਨੀ ਕਿ ਆਪਾਂ ਇਹਦੇ 'ਚ ਪਾਵਾਂਗੇ ਨਮਕ। ਅਤੇ ਹੁਣ ਜੀ ਆਪਾਂ ਪਹਿਲਾਂ ਸਾਰੀਆਂ ਸੁੱਕੀਆਂ ਚੀਜ਼ਾਂ ਨੂੰ ਮਿਕਸ ਕਰ ਦਿਆਂਗੇ ਚੰਗੇ ਤਰੀਕੇ ਨਾਲ, ਵੀ ਸਾਰੇ ਬੇਸਣ ਦੇ ਵਿੱਚ ਹੈ ਨਾ ਜਿਹੜਾ ਮਿਕਸ ਹੋ ਜਾਣ ਮਸਾਲੇ ਸਾਰੇ। ਅਤੇ ਇੱਥੇ ਹੈਗੀ ਜੀ ਮੇਰੇ ਕੋਲ ਇਹ ਜਿਹੜੀ ਬੇਸਣ ਦੀ 1 ਕੌਲੀ ਭਰ ਕੇ ਆਪਾਂ ਲਿੱਤੀ ਸੀ, ਉਹ ਲਿੱਤੀ ਜੀ ਆਪਾਂ 1 ਕੌਲੀ ਭਰ ਕੇ ਪਾਣੀ ਦੀ, ਪਰ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਪਾਵਾਂਗੇ। ਅਤੇ ਜਿਵੇਂ ਆਪਾਂ ਬ੍ਰੈਡ ਪਕੌੜੇ ਬਣਾਉਣੇ ਹੁੰਦੇ ਆ ਨਾ, ਉਸ ਤੋਂ ਥੋੜ੍ਹਾ ਜਿਹਾ ਮਤਲਬ ਗਾੜਾ ਘੋਲ ਰੱਖਣਾ ਆਪਾਂ, ਪਤਲਾ ਨਹੀਂ ਕਰਨਾ ਅਤੇ ਨਾ ਹੀ ਉਹਦੇ ਜਿੰਨਾ ਕਰਨਾ ਘੋਲ। ਪਹਿਲਾਂ ਆਪਾਂ ਇਹਨੂੰ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ, ਪਾਣੀ ਦੇਖਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਕਿੰਨਾ ਕੁ ਲੱਗੂਗਾ। 1 ਕੌਲੀ ਭਰ ਕੇ ਲਿੱਤੀ ਆ ਆਪਾਂ, ਥੋੜ੍ਹਾ ਥੋੜ੍ਹਾ ਕਰਕੇ ਪਾਣੀ ਪਾਵਾਂਗੇ। ਜੇ ਇੱਕ ਵਾਰ ਆਪਾਂ ਪਾਣੀ ਪਾਤਾ ਜੀ ਤਾਂ ਆਪਣਾ ਘੋਲ ਆ ਜਿਹੜਾ ਉਹ ਜ਼ਿਆਦਾ ਪਤਲਾ ਹੋ ਜੂ ਬੇਸਣ ਦਾ, ਅਤੇ ਇੰਨਾ ਕੁ ਗਾੜਾ ਜੀ ਆਪਾਂ ਘੋਲ ਰੱਖਿਆ, ਪਰ ਆਪਾਂ ਇੰਨਾ ਗਾੜਾ ਨਹੀਂ ਰੱਖਣਾ ਇਹਨਾਂ ਪਕੌੜਿਆਂ ਵਾਸਤੇ। ਪਹਿਲਾਂ ਨਾ ਆਪਾਂ ਜਿਹੜੀਆਂ ਸਾਰੀਆਂ ਬੇਸਣ ਦੀਆਂ ਗੰਢਾਂ ਉਹਨਾਂ ਨੂੰ ਮਿਕਸ ਕਰ ਦਿਆਂਗੇ, ਅਤੇ ਚੰਗੇ ਤਰੀਕੇ ਨਾਲ ਘੋਲ ਨੂੰ ਜਿਹੜਾ ਫੈਂਟ ਲਾਂਗੇ, ਤੁਸੀਂ ਚਮਚ ਨਾਲ ਵੀ ਫੈਂਟ ਸਕਦੇ ਹੋ, ਵਿਸਕਰ ਨਾਲ ਫੈਂਟ ਸਕਦੇ ਹੋ। ਫਿਰ ਬਾਅਦ ਵਿੱਚ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ, ਅਤੇ ਥੋੜ੍ਹਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਜੀ, ਅਤੇ ਇਹਨੂੰ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ। ਅਤੇ ਦੇਖੋ ਜੀ ਘੋਲ ਆਪਣਾ ਬਣ ਕੇ ਤਿਆਰ ਹੋ ਗਿਆ, ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿਸ ਤਰੀਕੇ ਦਾ ਹੋਣਾ ਚਾਹੀਦਾ, ਇਸ ਤਰੀਕੇ ਨਾਲ ਬਹਿਣਾ ਚਾਹੀਦਾ ਥੱਲੇ ਘੋਲ।
टुटना नहीं चाहिए देखो बिल्कुल। तो ये बिल्कुल परफेक्ट घोल बन गया जी अपने टमाटर के पकौड़िया वास्ते। इन्हों रख दें आप साइड से, टमाटर के बस स्टफिंग भर लें। पानी अपना एक कौली के इन्ना क बचा, यानी कि अद्धी कौली तो बस चमच के दो चमच वध लगे पानी। तो स्टफिंग अपनी ठंडी होगी जी। हुण इहदे विच ना मैं ये मेथी पाऊंगी। मेथी नूं ना मैं हल्का जिहा तवे ते रोस्ट कर लिया, तो इस तरीके ना क्रश कर लिया। तुसीं हरा धनिया भी पा सकदे हो। तो इहनूं मिक्स कर देंगे इहदे विच। तो टमाटर भी है जिहड़े आपां कट के इस तरीके नाल तैयार कर ले। तो स्टफिंग है जिहड़ी आपां भरदे हां, बेसन दा घोल भी आपां बना लिया। तो तेल भी आपां गर्म होण वास्ते रखता है जी। तेल अपना मीडियम फ्लेम ते गर्म होना चाहिए। तो हुण आपां इक इक टमाटर दे विच स्टफिंग भरांगे। जिन्नी क तुसी स्टफिंग भरनी है ना उस तरीके नाल। स्टफिंग का जिहड़ा लैवल है ना, तुसी जित्थों तक टमाटर कट्टे उत्थों तक ही रखियो। इस तरीके नाल प्रेस कर दिओ। तो सारे टमाटर इस तरीके ने तैयार करके रखांगे आपां। ये पकौड़े जिहड़े बहुत टेस्टी बन के तैयार होंदे है जी। तुसी जरूर है जिहड़े एक वारी ये पकौड़े घरे ट्राई करियो। लो जी, ये टमाटर भी हो गया तैयार। तो आप बाकी सारे च सेम इस तरीके जिहड़े स्टफिंग भर लें तैयार करके रख लें टमाटर। तो सारे टमाटर आप इस तरीके तैयार कर ले जी। देखो बस तुसी इस तरीके लैवल रखियो टमाटर का, फिर पकौड़े जिहड़े खराब नहीं होने, वधिया बन के तैयार होणगे। तो सारे टमाटर अपने जिहड़े तैयार हो गए जी स्टफिंग भर के। हुण आप पकौड़े जिहड़े बनाने स्टार्ट करते हैं। तो तेल जी आप गर्म होने वास्ते रखता। पकौड़े तुसी किसी भी घ्यो या तेल च बना सकते हो। मतलब घट फ्लेम ते तेल नहीं गर्म होना चाहिए, ना ज़्यादा फ्लेम होनी चाहिए। मीडियम जी जी अग पर है, तो मीडियम जहाँ तेल गर्म होना चाहिए। तो हुण जी आप एक पीस है जिहड़ा चकांगे। तो इस तरीके जी आप घोल दे विच जिहड़ा भिओ लाँगे टमाटर नूं, ते गर्म गर्म तेल दे विच जिहड़ा छड्ड देंगे। सारे टमाटर आप इस तरीके घोल दे विच डिप कर करके जिहड़े तेल च छड्ड देंगे जी। तुसी जिड्डी का कढ़ाई च बना रहे हो ना, जिन्ने क पीस एडजस्ट हो जाए उन्ने क पका लियो। अपने पकौड़े बन रहे हैं बिल्कुल मीडियम फ्लेम से। आप इन्हों बनावे तो बस गोल्डन होने तक आप इन्हों पकावे। 3-4 मिनट बस लगनगे इन्हों पकन वास्ते। तो साइडा आप इस तरीके ना पलटते हुए पका लेंगे। सारिया साइडों पर अपना बेसन पट गए। तो इन्ने क गोल्डन अपने पकौड़े हो गए हैं जी। इन्हों आप कढ़ लेंगे हम एक बर्तन के। तो इस तरीके ना जी, जो आप पकौड़े तेल के पाते तो उपरों है जो आप मतलब तेल पा देंगे, जी उपरली साइड है ना वो कच्ची ना रहे। हल्का जहा पकन देवे, अद्धा क मिनट लगेगा, अद्धे मिनट तो भी घट ही टाइम लगेगा जो तेल सही गर्म होगा। तो फिर साइडों पलटते हुए आप इन्हों पका लेंगे इस तरीके। तो देखो जी अपने पकौड़े जो किन्ने वधिया पक रहे हैं इस तरीके। गर्मा गर्म टमाटर के पकौड़े बन के हो गए जी तैयार। तो देखो जी किन्ने वधिया बन के तैयार हो गए अपने टमाटर के पकौड़े। इस तरीके कट के इन्हों दोबारे भी फ्राई कर सकते हो, फिर भी तुसी सर्व कर सकते हो। तो टमैटो कैचअप के ना तुसी सर्व कर सकते हो। बहुत टेस्टी बन के तैयार होणगे। पहला तुसी इन्हां नूं कच्चे इस तरीके कढ़ के रख सकते हो, बाद विच इस तरीके कट के जो मेहमान आउण घरे जां जदों तुसी सर्व करने होण उदों सर्व कर सकते हो। सारे टमाटर के पकौड़े बन के हो गए जी तैयार। तुसी इस रैसिपी नूं जरूर घरे ट्राई करो, बाद विच सानूं कमेंट करके जरूर दस्यो। जेकर तुहानूं वीडियो वधिया लगी लाइक जरूर करो, शेयर वध-वध करो, अपने चैनल नूं जरूर सबसक्राइब कर लियो जी। आपां मिलांगे नैक्सट वीडियो के नाल। तद तक लई तुहानूं सारिआं नूं सति श्री अकाल जी।